आ जाओ। अगले बच्चे राम भाई। राम राम जी, राम राम। की नाम है जी? अभिषेक। अभिषेक कहाँ से जी? मैं सापर है तुम्हारा जी। कितों जी? सापरा। ये कितने पैंदा है? अंबाले कोल पैंदा। ओके जी, परिवार च कौन कौन? मैं, मम्मी ते एक डैडी। एक ही सब का एक ही होंगे, तुम्हारा वीक है, मेरा वीक है, सब का एक ही। मैं मम्मी ते डैडी बस। हाँ मैं मम्मी ते डैडी। चलो वधिया, ठीक है। डैडी की करते हैं? प्राइवेट जॉब करते हैं। ओके, झटका पैंदी है तुहानू? पेपरों तो बाद। पेपर हो गए? हाँ जी हो रहे ने, दोबारा होने वाले हैं। अच्छा, पिछले पेपर च पईयां झटकां? की कहंदे? गाला देंदे आ, तुहानू भी देंदे होणे तुहाडे। मैं तां हां, मैनू बहुत गाला पईयां पहलां। सब ने पैंदे। किन्ने परसेंट नंबर है? 12th च या 10th च? ज्यादा किच दोनों च 60 तो टल लई आ। उस 85 नंबर गल है यार, देख ले यार, सानू भी अग्गे नहीं बदल देंदे। ਮੈਨੂੰ ਵੀ ਨੀ ਸਮਝ ਆਇਆ ਵੀ ਇੰਨੇ ਨੰਬਰ ਕਿੱਥੇ ਜਾਣਾ ਇਹਨਾਂ ਨੇ ਕਰਨਾ? ਤੁਹਾਡੇ ਕਿੰਨੇ ਸੀ? ਤੇਰੇ ਵਾਲਾ ਵਾਲਾ? ਮੇਰੇ ਵਾਲਾ? ਕਦੇ 56 ਕਦੇ 57 ਹੈ ਕਿ ਨਹੀਂ? ਕੀ ਪੇਸ਼ ਕਰੋਗੇ, ਕੀ ਸੁਣਾਓਗੇ? ਮੈਂ ਗਾਣਾ ਸੁਣਾਉਣਾ ਜੀ। ਗਾਣਾ ਸੁਣਾਓ, ਜ਼ਰੂਰ ਜ਼ਰੂਰ। ਉਹ ਬਰਗਰ ਪੁਆਇੰਟ। ਆ ਜਾ, ਆਹ ਕੰਮ ਗਲਤ ਹੈ ਇਹਦਾ। ਗਲਤ ਹੈ ਇਹਦਾ। ਬਰਗਰ ਤੋਂ ਸ਼ੁਰੂ ਕੀਤਾ ਨਾ? ਬਰਗਰ ਸਾਡੇ ਕੈਮਰਾ ਮੈਨੂੰ ਭੁੱਖ ਲੱਗ ਗਈ। ਚਲੋ ਹੁਣ ਦੁਬਾਰਾ ਸ਼ੁਰੂ। ਗਾਣਾ ਬਰਗਰ ਤੋਂ ਹੀ ਸੁਣਾਓ। ਗਾਣਾ ਬਰਗਰ ਤੋਂ ਹੀ ਸ਼ੁਰੂ ਕਰਾਂਗੇ। ਚਲੋ ਜੀ, ਬਰਗਰ ਤੋਂ ਸ਼ੁਰੂ। ਹਾਂਜੀ, ਉਹ ਬਰਗਰ ਪੁਆਇੰਟ ਕੋਲੇ ਰੋਕ ਲਿਆ ਉਹਨੇ, ਕਹਿੰਦੀ ਕਿਹੜਾ ਹੈ ਕੋਰਸ ਸੀ ਤੂੰ ਕਰਦਾ? ਉਹ ਡਰਦੇ ਨੇ ਦਿੱਤਾ ਮੈਂ ਜਵਾਬ, ਫਿਰ ਉਹਨੂੰ ਤੀਜਾ ਸਾਲ ਮੇਰਾ ਫਾਰਮੈਸੀ ਕਰਦਾ। ਗੱਲ ਸੁਣ ਮੇਰੀ ਬੈਡ ਫੀਲ ਕਰੇ ਕਿਉਂ, ਨਾਲੇ ਨਖਰੇ ਜੇ ਕਰਦੀਆਂ ਵਾਲੇ ਨੀ, ਉਹ ਸਾਰੇ ਕਾਲਜ ਚ ਰੌਣਕਾਂ ਜੋ ਲਾ ਕੇ ਰੱਖਦੇ, ਅਸੀਂ ਵੱਜਦੇ ਹਾਂ ਫਾਰਮੈਸੀ ਵਾਲੇ ਨੀ। ਉਹ ਸਾਰੇ ਕਾਲਜ ਚ ਰੌਣਕਾਂ ਜੋ ਲਾ ਕੇ ਰੱਖਦੇ, ਅਸੀਂ ਵੱਜਦੇ ਹਾਂ ਫਾਰਮੈਸੀ ਵਾਲੇ ਨੀ। ਸੰਘ ਦੇ ਸੰਗੁੰਦੇ ਪੂਰੀ ਹੋ ਗਈ ਡਿਗਰੀ, ਕਿਸੇ ਨੱਡੀ ਨਾਲੋਂ ਹੈਲੋ ਹਾਏ ਹੋਈ ਨਾ ਹੋਈ ਨਾ ਆਈ ਮੀਨ ਤੁਹਾਡੇ ਯਾਰ ਸੈਣੀ ਪਿੱਛੇ ਯਾਰ, ਕੋਈ ਕੱਲੀ ਬੈਠ ਪਾਰਕ ਚ ਰੋਈ ਨਾ ਸਾਡਾ ਦਿਲ ਕਿਸੇ ਨਾ ਅਟੈਚ ਹੋਇਆ ਨਾ ਹੀ ਕਿਸੇ ਪਿੱਛੇ ਗਿਣੇ ਅਸੀਂ ਤਾਰੇ ਨੀ। ਸਾਰੇ ਕਾਲਜ ਚ ਰੌਣਕ ਜੋ ਲਾ ਕੇ ਰੱਖਦੇ, ਅਸੀਂ ਵੱਜਦੇ ਹਾਂ ਫਾਰਮੈਸੀ ਵਾਲੇ ਨੀ। ਉਹ ਸਾਰੇ ਕਾਲਜ ਚ ਰੌਣਕ ਜੋ ਲਾ ਕੇ ਰੱਖਦੇ, ਅਸੀਂ ਵੱਜਦੇ ਹਾਂ ਫਾਰਮੈਸੀ ਵਾਲੇ ਨੀ। ਤੂੰ ਸਪੋਜ਼ ਕਰ, ਹਾਂਜੀ, ਵੀ ਜਿੱਦਣ ਇਹ ਪ੍ਰੋਗਰਾਮ ਆਊਗਾ ਟੀਵੀ 'ਤੇ, ਮੈਂ ਹੀ ਪੁੱਛਣਾ ਸੀ ਉਹਦਾ ਕਦੋਂ ਆਊਗੀ ਵੀਡੀਓ। ਇਹ ਆਓ, ਜਦੋਂ ਵੀ ਆਊਗੀ 2-3 ਹਫ਼ਤਿਆਂ ਤੱਕ, ਬੁੱਧਵਾਰ ਨੂੰ ਆਊਗੀ 8 ਵਜੇ। ਹੁਣ ਸਪੋਜ਼ ਕਰ ਵੀ ਉੱਥੇ ਕੰਟੀਨਿਊ ਮੜੀ ਆ ਗਿਆ ਨਾ, ਤੂੰ ਕਹੇਂਗਾ ਡੈਡੀ ਨੂੰ ਵੀ, ਡੈਡੀ ਜੀ ਮੈਂ ਅੱਜ ਪਰਫੋਰਮ ਕੀਤਾ ਸੀ। ਮੈਂ ਕਿਸੇ ਨੂੰ ਨਹੀਂ ਕਹਿਣਾ, ਗਾਣਾ ਪੈ ਗਿਆ ਦੁਬਾਰਾ। ਇਹ ਠੀਕ ਹੈ, ਇਹ ਬਹੁਤ ਵਧੀਆ। ਫਿਰ ਤੂੰ ਮੈਨੂੰ ਪੁੱਛ ਕੇ ਰਿਹਾ ਵੀ ਕਿੱਦਾਂ ਆਊਗਾ? ਫਿਰ ਅਸੀਂ ਫੋਨ 'ਚ ਤਾਂ ਦੇਖ ਸਕਦੇ ਹਾਂ, ਅਤੇ ਜੇ ਡੈਡੀ ਨੇ ਦੇਖ ਲਿਆ ਉਹਨਾਂ ਕੋਲ ਲਿੰਕ ਪਹੁੰਚ ਗਿਆ ਕਿਸੇ ਤਰ੍ਹਾਂ ਜਾਂ ਕਿੱਦਾਂ ਯੂਟਿਊਬ 'ਤੇ? ਫਿਰ ਕੋਈ ਨਹੀਂ, ਕਹਿ ਦੇਂਗੇ ਮਾਸਟਰਾਂ ਨੇ ਜ਼ਬਰਦਸਤੀ ਕਰੀ ਸੀ, ਲੈ ਲਈ। ਅੱਛਾ, ਮਾਸਟਰਾਂ ਨੇ ਜ਼ਬਰਦਸਤੀ ਕੀਤੀ ਵੀ ਜਾ ਸੁਣਾ ਕੇ ਆ? ਹਾਂ, ਓਕੇ ਓਕੇ, ਬਹੁਤ ਵਧੀਆ, ਥੈਂਕ ਯੂ ਸੋ ਮਚ, ਰੌਣਕਾਂ ਲਾਈਆਂ, ਸ਼ੁਕਰੀਆ।